था जाए भई ये पला कई अगम अगाध पार ब्रह्म सोए जो जो कह सो मुक्ता होए सुन मीता नानक बिनवंता साध जना की अचरज कथा। पंचम पातशाह श्री सुखमनी साहब की पवित्र बाणी विच साध दी महिमा दा बखियान करदिआं बा कमाल बचना दे राही अपनी अकीदत पेश करते ने। सच जानना जे किते साधु दी व्याख्या जाननी होवे ना असल साधु कौन है, असल ब्रह्म ज्ञानी कौन है, संत कौन है, तां गुरबाणी दे विचों बा कमाल ढंग दे नाल इस विचारधारा नू गुरु साहब ने प्रगट किया। पिछले कुछ समयां दे विच संत लफज़ दी, साधु लफज़ दी ते ब्रह्म ज्ञानी लफज़ दी बहुत मार्केटिंग हुई है। अजोके समय दा कौड़ा सच है क्योंकि ये लफज़ अपने आप विच इन्ने कु पवित्र ने कि हर एक मनुख ने धर्म दे नां ते दुकानदारियां करन वालिया ने इन्हां पवित्र लफज़ां नू हाईजैक कर लिया ते अपने नावां नाल जोड़ लिया। अज हिंदुस्तान दी धरती ते खास कर पंजाब ते हरियाणा एक इट पुट्टो ते सैकड़े साध संत ते अखौती ब्रह्म ज्ञानी मिल पैणगे। ये साड़ी त्रासदी है, पंजाब दी बदकिस्मती है। पंजाब नूं गुरु पीरां दी धरती आख्या जांदा है, जिथे एक अकाल पुरख दी पूजा करन दा हौका सतगुरां ने बख्शिश कीता, जिथे एक परमेश्वर नाल जुड़न दी गल कीती, उथे ही अज मनुखता हजारां रब बना के बह गई। एक ओंकार दी विचारधारा नूं सिखी दे सिद्धांत नूं विसार के अज असां कई अखौती रब बना ले। माफ करना, अज जे किते अपने अंदर झात मार के वेखीए ना ते मनुख दा सोमवार वाला रब कोई होर है, मंगलवार वाला कोई होर है, बुध वीर नू किसे दी पूजा करदे आं, शुक्र शनि नू किसे दे ना दे लॉकेट पा के गलां दे विच उस डेरेदार दे बाबे दे होण दा दावा करदे आं, कदे कबरां नू पूजने आं, कदे कंधां नू पूजदे आं, की पए करदे आं। अज मनुख ने रब नू दिहाड़ियां दे विच वंड दिता, इलाकियां दे विच वंड दिता, मसीत विच राम दी गल नहीं हो सकती ते मंदर विच खुदा दी गल नहीं हो सकती। इंसानियत ने रब नू भी वंड के रख दिता। जिवें जिवें मनुख ने दुनियावी पढ़ाई दे विच अगां वधण दा यतन कीता, धार्मिक पक्खों मनुख दी सोच सौड़ी होंदी चली गई, बिरती नीवी होंदी चली गई ते इन्हां अखौती साधां ते संतां दे
ਡੇਰਿਆਂ ਦੇ ਗੇੜੇ ਕੱਟਦਿਆਂ ਅਜੋਕੇ ਸਮੇਂ ਦਾ ਮਨੁੱਖ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਆਤਮਕ ਪੱਖੋਂ ਮਰ ਗਿਆ। ਕਿਉਂਕਿ ਇਹ ਲਫ਼ਜ਼ ਬੜੇ ਪਵਿੱਤਰ ਸਨ, ਇਸ ਲਈ ਇਹਨਾਂ ਧੂਰਤ ਅਤੇ ਪਖੰਡੀ ਡੇਰੇਦਾਰਾਂ ਨੇ ਇਹ ਲਫ਼ਜ਼ ਆਪਣੇ ਨਾਵਾਂ ਨਾਲ ਜੋੜ ਕੇ ਦੁਨੀਆ ਨੂੰ ਗੁੰਮਰਾਹ ਕਰਨਾ ਆਰੰਭ ਕਰ ਦਿੱਤਾ। ਅਤੇ ਸੱਚ ਜਾਣਨਾ, ਬਹੁਤੀ ਦੁਨੀਆ ਰੱਜ ਕੇ ਗੁੰਮਰਾਹ ਹੋ ਰਹੀ ਹੈ। ਅਸਲ ਦੇ ਵਿੱਚ ਇਹ ਲਫ਼ਜ਼ ਬੜੇ ਪਵਿੱਤਰ ਨੇ। ਗੁਰਬਾਣੀ ਦੇ ਵਿੱਚ ਬਾਰੰਬਾਰ ਸੰਤ ਲਫ਼ਜ਼ ਦੀ ਵਿਆਖਿਆ, ਸਾਧੂ ਦੀ ਗੱਲ, ਬ੍ਰਹਮ ਗਿਆਨੀ ਦਾ ਜ਼ਿਕਰ ਆਉਂਦਾ ਹੈ। ਗੁਰੂ ਸਵਾਰਿਓ, ਅਸਲ ਬ੍ਰਹਮ ਗਿਆਨੀ ਕੌਣ ਹੈ? ਜੋ ਆਪ ਰੱਬ ਦਾ ਰੂਪ ਹੋ ਗਿਆ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਸ ਨੇ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਦਿਆਂ ਜੀਵਨ ਨੂੰ ਗੁਰੂ ਪੂਰੇ ਦੇ ਆਸ਼ੇ ਅਨੁਸਾਰ ਜੀਵਿਆ। ਪਰ ਇਹ ਸਰਕਾਰੀ ਡੇਰੇਦਾਰ ਜੋ ਸਮੇਂ ਦੀਆਂ ਸਰਕਾਰਾਂ ਦੀ ਸ਼ਹਿ 'ਤੇ ਰਾਤੋ ਰਾਤ ਰੱਬ ਬਣ ਬੈਠੇ, ਰੱਬ ਦੇ ਸ਼ਰੀਕ ਬਣ ਗਏ, ਭਾਵੇਂ ਸਮੇਂ ਅਨੁਸਾਰ ਇਹਨਾਂ ਦੇ ਪਾਜ ਵੀ ਉਗੜਨੇ ਸ਼ੁਰੂ ਹੋ ਗਏ। ਕੁਝ ਪਖੰਡੀ ਸਜ਼ਾ ਭੁਗਤ ਰਹੇ ਨੇ, ਬਾਕੀਆਂ ਦੀ ਅਜੇ ਵਾਰੀ ਆਉਣੀ। ਪਰ ਸੱਚ ਬਿਆਨ ਕਰਦਿਆਂ, ਗੁਰੂ ਪੂਰੇ ਤੋਂ ਬਿਨਾਂ ਕੋਈ ਦੂਜਾ ਸਮਰੱਥ ਨਹੀਂ ਹੋ ਸਕਦਾ, ਭਾਵੇਂ ਜਿੰਨਾ ਮਰਜ਼ੀ ਪਿਆ ਦਾਵਾ ਕਰੇ। ਗੁਰੂ ਪੂਰੇ ਦੀ ਸ਼ਰਨ ਵਿੱਚ ਆਈਏ। ਸੱਚੇ ਪਾਤਸ਼ਾਹ ਕਿਰਪਾ ਕਰਕੇ ਕਿਤੇ ਮਨੁੱਖਤਾ ਨੂੰ ਸਮਤ ਬਖਸ਼ਣ, ਸਮਰੱਥ ਗੁਰੂ ਦੀ ਪਛਾਣ ਹੋ ਸਕੇ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਨਾ ਭਾਈ ਬਿਧੀ ਚੰਦ ਨੂੰ, ਜਦੋਂ ਗੱਲ ਨਾਲ ਲਾਇਆ ਅਤੇ ਹੁਕਮ ਕੀਤਾ, ਭਾਈ ਜੀ ਤੁਹਾਡੀ ਸੇਵਾ 'ਤੇ ਪ੍ਰਸੰਨ ਹਾਂ, ਕੁਝ ਮੰਗੋ, ਤਾਂ ਭਾਈ ਬਿਧੀ ਚੰਦ ਜੀ ਨੇ ਚਾਰ ਦਾਤਾਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚੋਂ ਮੰਗੀਆਂ ਸਨ। ਪਹਿਲੀ ਦਾਤ, ਗੁਰੂ ਕਾ ਅੰਗ। ਸਤਿਗੁਰੂ ਬਖਸ਼ਿਸ਼ ਕਰੋ ਇਸ ਹਿਰਦੇ ਵਿੱਚ ਤੁਹਾਡੀ ਯਾਦ ਸਦਾ ਲਈ ਟਿੱਕੀ ਰਹੇ, ਕਦੇ ਤੁਹਾਡਾ ਵਿਛੋੜਾ ਨਾ ਹੋਵੇ। ਭਗਤ ਫਰੀਦ ਜੀ ਦੇ ਬਚਨ ਚੇਤੇ ਆਉਂਦੇ ਨੇ, ਗੁਰਬਾਣੀ ਦੇ ਆਸ਼ੇ ਅਨੁਸਾਰ, ਬਾਰ ਪਰਾਈ ਹੈ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੇਂ ਰਖਸੀ ਜੀਉ ਸਰੀਰੋਂ ਲੈ। ਹੇ ਖੁਦਾ, ਹੇ ਰੱਬ, ਤੇਰੇ ਦਰ ਤੋਂ ਛੁੱਟ ਕਦੇ ਕਿਸੇ ਦੂਜੇ ਦੇ ਦਰ 'ਤੇ ਜਾਣਾ ਨਾ ਪਵੇ, ਕਿਸੇ ਦੂਜੇ ਦੇ ਦੁਆਰ 'ਤੇ ਜਾ ਕੇ ਝੁਕਣਾ ਨਾ ਪਵੇ, ਐਸੀ ਕਿਰਪਾ ਕਰ। ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਬਖਸ਼ਿਆ ਹੋਇਆ, ਕੇਵਲ ਤੁਹਾਡਾ ਬਖਸ਼ਿਆ ਹੋਇਆ, ਪਰ ਜੀਵਨ ਵਿੱਚ ਐਸਾ ਮੰਦਭਾਗਾ ਸਮਾਂ ਨਾ ਆਵੇ ਜਦੋਂ ਤੂੰ ਵਿਛੜ ਜਾਵੇਂ, ਕਿਸੇ ਹੋਰ ਦੇ ਬੂਹੇ 'ਤੇ ਇਹ ਸੀਸ ਕਦੇ ਨਾ ਚੁੱਕੇ। ਜੇ ਕਦੇ ਮੇਰੇ ਮਾੜੇ ਕਰਮ ਪ੍ਰਫੁੱਲਤ ਹੋਣ, ਐਸਾ ਸਮਾਂ ਆ ਵੀ ਜਾਵੇ ਨਾ, ਤਾਂ ਰੱਬ ਜੀ ਇੱਕ ਕਿਰਪਾ ਕਰਨਾ, ਕਿਸੇ ਦੂਜੇ ਦੇ ਬੂਹੇ 'ਤੇ ਜਾਣ ਤੋਂ ਪਹਿਲਾਂ ਮੇਰੀ ਜਿੰਦ ਕੱਢ ਲੈਣਾ। ਮੈਨੂੰ ਮੌਤ ਮਨਜ਼ੂਰ ਏ, ਪਰ ਤੈਥੋਂ ਜੁਦਾ ਹੋਣਾ ਮਨਜ਼ੂਰ ਨਹੀਂ। ਬਾਰ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਉ ਸਰੀਰੋਂ ਲੈ। ਇਸ ਸਰੀਰ ਵਿੱਚੋਂ ਜਿੰਦ ਕੱਢ ਲਵੀਂ ਦਾਤਿਆ, ਪਰ ਤੈਥੋਂ ਵਿਛੋੜਾ ਨਾ ਹੋਵੇ। ਭਾਈ ਬਿਧੀ ਚੰਦ ਨੇ ਦਾਤ ਮੰਗੀ ਸੀ ਗੁਰੂ ਕਾ ਅੰਗ, ਅਤੇ ਦੂਜੀ ਦਾਤ ਸਾਧਕਾ ਸੰਗ, ਬਖਸ਼ਿਆਂ ਦੀ ਸੰਗਤ।
ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਉ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਖਸ਼ਿਆਂ ਦੀ ਸੰਗਤ ਜੀਵਨ ਵਿੱਚ ਬਹੁਤ ਭਲਾ ਕਰਦੀ। ਜਿਨ੍ਹਾਂ ਨੂੰ ਮਹਾਂਪੁਰਸ਼ਾਂ ਦੀ, ਸੰਤ ਜਨਾਂ ਦੀ, ਬਖਸ਼ਿਆਂ ਦੀ ਸੰਗਤ ਪ੍ਰਾਪਤ ਹੋਈ, ਕਦੇ ਉਹਨਾਂ ਨੂੰ ਪੁੱਛੀਏ ਕਿਵੇਂ ਜੀਵਨ ਵਿੱਚ ਬਦਲਾਅ ਪ੍ਰਗਟ ਹੁੰਦੇ ਨੇ। ਲਗਭਗ 1986 ਦੀ ਬਾਤ ਹੈ, ਖੰਨੇ ਤੋਂ ਦਾਸ ਲੁਧਿਆਣੇ ਦੀ ਬੱਸ 'ਤੇ ਬੈਠਾ ਅਤੇ ਅਗਲੇ ਸਟੋਪੇਜ 'ਤੇ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਮਹਾਂਪੁਰਸ਼ ਪੰਥ ਰਤਨ, ਉਸ ਵੇਲੇ ਤੱਕ ਅਜੇ ਬਹੁਤਾ ਪ੍ਰਗਟ ਨਹੀਂ ਸੀ ਹੋਏ, ਉਹ ਵੀ ਉਸੇ ਬੱਸ 'ਤੇ ਆਣ ਸਵਾਰ ਹੋਏ। ਦਾਸ ਉਹਨਾਂ ਨੂੰ ਮਾਮਾ ਜੀ ਆਖਿਆ ਕਰਦਾ ਸੀ। ਦਾਸ ਨੇ ਫਤਿਹ ਬੁਲਾਈ, ਚਰਨ ਵੰਦਨਾ ਕੀਤੀ, ਮੇਰੇ ਕੋਲ ਆਣ ਬੈਠੇ। ਮੈਨੂੰ ਕੱਲ੍ਹ ਦੀ ਤਰ੍ਹਾਂ ਚੇਤਾ ਏ, ਲੁਧਿਆਣੇ ਦੀ ਟਿਕਟ 5 ਰੁਪਈਏ ਹੋਇਆ ਕਰਦੀ ਸੀ। ਦਾਸ ਨੇ 10 ਰੁਪਈਏ ਜੇਬ 'ਚੋਂ ਕੱਢੇ ਅਤੇ 2 ਟਿਕਟਾਂ ਲੈਣ ਲਈ ਜਦੋਂ ਕੰਡਕਟਰ ਅੱਗੇ ਹੱਥ ਵਧਾਇਆ ਨਾ, ਤਾਂ ਮੇਰੀ ਬਾਂਹ ਫੜ ਲਈ, ਆਖਣ ਲੱਗੇ ਮੈਂ ਆਪਣੀ ਟਿਕਟ ਆਪ ਲਵਾਂਗਾ। ਅਤੇ ਮੈਂ ਹੱਸ ਕੇ ਕਿਹਾ ਕੋਈ ਫਰਕ ਨਹੀਂ ਪੈਂਦਾ। 2-3 ਵਾਰੀ ਮੇਰੀ ਜੋਦੜੀ ਕਰਨ 'ਤੇ ਉਹਨਾਂ ਨੇ ਪ੍ਰਵਾਨ ਨਾ ਕੀਤੀ, ਮੈਂ ਥੋੜ੍ਹਾ ਹੈਰਾਨ ਜਿਹਾ ਹੋਇਆ, ਇੰਨੀ ਜਿੱਦ ਕਾਹਦੀ ਕਰਨੀ ਹੋਈ, ਟਿਕਟ ਹੀ ਹੈ, ਕਿਸੇ ਨੇ ਵੀ ਲੈ ਲੈਣੀ। ਉਹਨਾਂ ਨੇ ਬੜੇ ਪਿਆਰ ਨਾਲ ਇੱਕ ਗੱਲ ਸਮਝਾਈ, ਆਖਣ ਲੱਗੇ ਸੁਹਾਣੇ ਜਿਹੜੇ ਅਸਥਾਨ ਦੀ ਤਿਆਰੀ ਚੱਲ ਰਹੀ ਹੈ, ਉਸ ਵੇਲੇ ਸੁਹਾਣੇ ਦਾ ਅਸਥਾਨ ਤਿਆਰ ਨਹੀਂ ਸੀ ਹੋਇਆ, ਅਜੇ ਕੰਮ ਚੱਲ ਰਿਹਾ ਸੀ ਕੰਸਟਰਕਸ਼ਨ ਦਾ। ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਸੁਹਾਣੇ ਜਿਹੜੇ ਕੰਮ ਚੱਲ ਰਹੇ ਨੇ, ਉਸ ਅਸਥਾਨ ਲਈ ਸੀਮਟ ਦੀ ਸੇਵਾ ਲਈ ਕਿਸੇ ਸੱਜਣ ਨੇ ਲੁਧਿਆਣੇ ਸੱਦਿਆ, ਅਤੇ ਸੇਵਾ ਲੈਣ ਦੇ ਲਈ ਚੱਲੇ ਹਾਂ, ਇਸ ਲਈ ਟਿਕਟ ਮੈਂ ਆਪਣੀ ਕਮਾਈ ਵਿੱਚੋਂ ਲੈਣੀ, ਕਿਸੇ ਦੀ ਕਮਾਈ ਵਿੱਚੋਂ ਨਹੀਂ। ਉਸ ਵੇਲੇ ਇਹ ਗੱਲ ਸਮਝ ਆਈ ਕਿ ਵਾਕਈ ਹੀ ਨਿਸ਼ਕਾਮਤਾ ਕੀ ਹੁੰਦੀ, ਨਿਸ਼ਕਾਮਤਾ ਵਾਲਾ ਜੀਵਨ ਕੀ ਹੁੰਦਾ। ਜੇ ਗੁਰੂ ਘਰ ਦੀ ਸੇਵਾ ਲੈਣ ਲਈ ਵੀ ਚੱਲੇ ਨੇ ਨਾ, ਗੱਲ 5 ਰੁਪਏ ਦੀ ਨਹੀਂ, ਟਿਕਟ ਦੀ ਨਹੀਂ, ਗੱਲ ਤਾਂ ਸਿਧਾਂਤ ਦੀ ਹੈ। ਐਸੀ ਨਿਸ਼ਕਾਮਤਾ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਦੇ ਜੀਵਨ ਵਿੱਚ। ਦਾਸ ਨੂੰ ਮਾਣ ਹੈ, ਕੁਝ ਕੁ ਸਮਾਂ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਮਿਲਿਆ ਅਤੇ ਸੱਚ ਜਾਣਨਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਧਕਾ ਸੰਗ, ਅੱਜ ਉਹ ਸਮਾਂ ਚੇਤੇ ਆਉਂਦਾ ਹੈ, ਉਹ ਜਿਹਾ ਜੀਵਨ ਜਿਉਣ ਦਾ ਚਿੱਤ ਕਰਦਾ ਜੋ ਜੀਵਨ ਮਹਾਂਪੁਰਸ਼ ਜੀ ਕੇ ਦੁਨੀਆ ਦੇ ਲਈ ਇੱਕ ਉਦਾਹਰਣ ਛੱਡ ਗਏ। ਅਖੀਰਲੇ ਸਵਾਸ ਤੱਕ ਉਹਨਾਂ ਦੇ ਜੀਵਨ ਵਿੱਚ ਇਹ ਨਿਸ਼ਕਾਮਤਾ ਕਾਇਮ ਰਹੀ। ਬੇਨਤੀ ਕਰ ਰਿਹਾ ਸਾਂ, ਭਾਈ ਬਿਧੀ ਚੰਦ ਨੇ 4 ਦਾਤਾਂ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚੋਂ ਮੰਗੀਆਂ। ਗੁਰੂ ਕਾ ਅੰਗ, ਸਾਧ ਕਾ ਸੰਗ, ਅਤੇ 3ਜੀ ਦਾਤ ਨਾਮ ਕਾ ਰੰਗ। ਸਤਿਗੁਰੂ ਤੁੱਠੇ ਹੋ, ਪ੍ਰਸੰਨ ਹੋਇਓ ਅਤੇ ਕਿਰਪਾ ਕਰੋ, ਨਾਮ ਦੀਆਂ ਦਾਤਾਂ ਸਦਾ ਲਈ ਜੀਵਨ ਵਿੱਚ ਵਰਤਦੀਆਂ ਰਹਿਣ। ਨਾਮ ਦੀ ਦਾਤ ਤੋਂ ਕਦੇ ਵਿਛੋੜਾ ਨਾ ਹੋਵੇ। ਜਿਵੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ,
ਨਾਮ ਬਿਨਾਂ ਸਭ ਕੂੜ, ਗੱਲ ਹੀ ਹੋਛੀਆਂ। ਜਿਨ੍ਹਾਂ ਦੇ ਜੀਵਨ ਵਿੱਚ ਨਾਮ ਧਨ ਦੀ ਦਾਤ ਗੁਰੂ ਨੇ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਦਾ ਜੀਵਨ ਸੁਘੜ ਸਿਆਣਾ ਹੋਵੇਗਾ, ਉਹਨਾਂ ਦੀ ਮਤ ਉੱਚੀ ਸੁੱਚੀ ਹੋਵੇਗੀ, ਉਹਨਾਂ ਦਾ ਕਿਰਦਾਰ ਦੁਨੀਆ ਲਈ ਇੱਕ ਐਗਜ਼ੈਂਪਲ ਹੋਵੇਗਾ। ਬਾਕੀ ਤਾਂ ਸਭ ਕੂੜ ਪਸਾਰਾ ਹੈ, ਬਾਕੀ ਤਾਂ ਕੇਵਲ ਹੱਟੀਆਂ ਨੇ, ਵਪਾਰ ਨੇ, ਦੁਕਾਨਦਾਰੀਆਂ ਨੇ। ਸੱਚਾ ਸੌਦਾ ਕਰਨਾ ਮੁਬਾਰਕ ਹੈ, ਬਾਬੇ ਨਾਨਕ ਨੇ ਕਰ ਵਿਖਾਇਆ, ਪਰ ਸੱਚੇ ਸੌਦੇ ਦੇ ਨਾਂ 'ਤੇ ਪਖੰਡ ਕਰਨਾ, ਪਾਪ ਕਰਨੇ, ਇਹ ਫਿਰ ਦੁਸ਼ਟ ਕਰਮ ਹੈ ਅਤੇ ਦੁਸ਼ਟ ਪਾਪੀ ਨੂੰ ਇਸ ਦੀ ਸਜ਼ਾ ਮਿਲ ਵੀ ਰਹੀ ਹੈ। ਸਤਸੰਗੀਓ, ਫਿਰ ਬੇਨਤੀ ਕਰਾਂ, ਧਰਮ ਦਾ ਚੋਲਾ ਪਹਿਨ ਕੇ ਇਹਨਾਂ ਅਧਰਮੀਆਂ ਨੇ ਕੌਮ ਦੇ ਨਾਲ ਬੜੇ ਧੱਕੇ ਕੀਤੇ ਨੇ, ਸੰਸਾਰ ਦੇ ਨਾਲ ਧਰੋਹ ਕਮਾਇਆ, ਅਤੇ ਐਸੇ ਬਦਕਿਸਮਤ ਮਨੁੱਖ ਜੋ ਗੁਰੂ ਪੂਰੇ ਦਾ ਲੜ ਛੱਡ ਕੇ ਇਹਨਾਂ ਪਖੰਡੀਆਂ ਦੇ ਚੇਲੇ ਬਣ ਗਏ, ਚੇਲੀਆਂ ਬਣ ਗਈਆਂ, ਉਹਨਾਂ ਨੂੰ ਤਾਂ ਨਰਕ ਨੇ ਵੀ ਨਹੀਂ ਚੱਲਣਾ। ਜਦੋਂ ਤੱਕ ਗੁਰੂ ਪੂਰੇ ਦੇ ਚਰਨਾਂ ਵਿੱਚ ਫੇਰ ਵਾਪਸ ਆਉਣ ਢਹਿ ਢੇਰੀ ਨਹੀਂ ਹੁੰਦੇ। ਗੁਰੂ ਦਾ ਸੁਭਾਅ ਏ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਦਾ ਸੁਭਾਅ ਏ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਪਰ ਬਖਸ਼ੇ ਉਹੀ ਜਾਣਗੇ ਜੋ ਮੁੜ ਗੁਰੂ ਦੀ ਸ਼ਰਨ ਵਿੱਚ ਆ ਕੇ ਆਤਮ ਸਮਰਪਣ ਕਰ ਦੇਣ। ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁੱਲੀਆਂ, ਅਗਿਆਨਤਾ ਦਾ ਹਨੇਰਾ ਅਜੇ ਪਸਰਿਆ ਹੋਇਆ, ਉਹ ਭਲਾ ਕੀ ਜਾਣਨ। ਗੁਰੂ ਗ੍ਰੰਥ ਸਾਹਿਬ ਵਰਗਾ ਸਮਰੱਥ ਕੋਈ ਦੂਜਾ ਨਹੀਂ ਹੋ ਸਕਦਾ। ਕਿਸੇ ਬੰਦੇ ਅੰਦਰ ਐਸੀ ਯੋਗਤਾ ਨਹੀਂ ਜੋ ਗੁਰੂ ਦੇ ਬਰਾਬਰ ਹੋ ਸਕੇ। ਸਿੱਖ ਤਾਂ ਗੁਰੂ ਦੇ ਚਾਕਰਾਂ ਦੀ ਵੀ ਖਾਕ ਬਣਨਾ ਚਾਹੁੰਦਾ। ਨਿਤਾ ਪ੍ਰਤੀ ਸਿੱਖ ਦੀ ਅਰਦਾਸ, ਤੇਰੇ ਚਾਕਰਾਂ ਪਾ ਖਾਕ ਹੋ ਜਾਵਾਂ। ਜੋ ਗੁਰੂ ਘਰ ਦੇ ਸੇਵਕ ਨੇ ਉਹ ਭਲੀ ਭਾਂਤ ਜਾਣਦੇ ਨੇ, ਇੱਕੋ ਅਰਦਾਸ ਕਰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਐਸੇ ਮੇਰੇ ਸੋਹਣੇ ਸਮਰੱਥ ਗੁਰਦੇਵ, ਕਿਰਪਾ ਨਿਧ ਦੀਨ ਦਿਆਲ, ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਾਈਂ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਸ਼ਰਨ ਵਿੱਚ ਆਈਏ, ਆਪਾ ਭਾਉ ਵਿਸਾਰ ਕੇ ਸਦਾ ਲਈ ਇੱਕ ਮਨ ਇੱਕ ਚਿੱਤ ਹੋ ਕੇ ਉਸ ਪਿਆਰੇ ਰੱਬ ਦੇ ਚਰਨਾਂ ਵਿੱਚ ਟਿਕ ਜਾਈਏ। ਗੁਰੂ ਸਵਾਰਿਓ, ਨਾਮ ਦਾ ਰੰਗ ਜ਼ਿੰਦਗੀ ਦਾ ਬੇਸ਼ਕੀਮਤੀ ਗਹਿਣਾ ਹੈ, ਜੋ ਮਨੁੱਖਤਾ ਦੀ ਘਾੜਤ ਨੂੰ ਇੱਕ ਸੁੰਦਰ ਸਰੂਪ ਬਖਸ਼ਿਸ਼ ਕਰਦਾ। ਜਿਨ ਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਪਿਤਾ ਗੁਰਦੇਵ ਜਪਜੀ ਸਾਹਿਬ ਦੀ ਪਵਿੱਤਰ ਬਾਣੀ 'ਚ ਪਏ ਫੁਰਮਾਉਂਦੇ ਨੇ, ਜਿਸਨੋਂ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਨ੍ਹਾਂ ਦੇ ਪੱਲੇ ਨਾਮ ਦਾ ਧਨ ਏ, ਉਹ ਜੀਵਨ ਮੁਕਤ ਹੋ ਗਏ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਉਹ ਗੁਰੂ ਕੇ ਪਿਆਰੇ ਸਿੱਖ, ਉਹ ਭਗਤ ਜਨ
सोहणे रब दा निज रूप हो गए। सोहणे रब ने उन्हां नूं सदा लई गलवकड़ी विच लिया, जिन्हां दे जीवन विच नाम धन दा प्रकाश हो गया। सतगुर गुणी निधान है, गुण कर बख्शे अवगणे यारे। कोई भावना वाला आवे तां सही, नेता प्रति दोए कर जोड़, गुरु चरणा विच इक अरदास करिए। हमरो सुआओ सदा सद भूलन, तुमरो बिरद पतित उधरन। मनुख दा सुभा हर कदम ते गलतियां करदा है, हर कदम ते पाप कमाउंदा है। खिन खिन भूलन हार है, पर गुरु पूरे दा सुभा बार बार बख्शन वाला। बारंबार अपने दर घर दियां खुशियां प्रदान करन वाला, अपने चरणां नाल जोड़न दे उस परमेश्वर प्यारे ने कई रंग ढंग मनुखता नूं बख्शिश कीते ने। पर जो मनुख गुरु पूरे दा आसरा लै के जीवन जिउंदे ने, ये रंग ढंग उन्हां दे जीवन विच ही प्रगट हुंदे ने। केवल गल्लां दे गलादड़ उस खुशी दा आनंद नहीं माण सकदे, उस जीवन नूं नहीं जाण सके जो जीवन गुरु दी किरपा दे नाल ही घड़िया जा सकदा। जीवन रूपी यात्रा दे ए वख वख पड़ा ने, ए डूंघाइयां ने गुरमत दियां, ए गल्लां ने धर्म दियां, ए विचारधारा है बाबे नानक दी। ऐसी निर्मल रीत, ऐसा निर्मल पंथ जो बाबे नानक दा तोरिया होया। मारिया सिक्का जगत विच नानक निर्मल पंथ चलाया। माण करिए उस पंथ दे हिस्से बन गए हैं, ते ए माण रहंदी दुनिया तक, रहंदे समयां तक कायम रहे। ऐसी विचारधारा भाई विधि चंद ने चौथी दात छेवें पातशाह दे चरणां विच्चों केड़ी मंगी? निश्चा अपंग, सच जानना। अजोके समय दे मनुख नूं इस दी बहुती लोड़ है। चार दातां इतिहासकारां ने लिखियां है, जो भाई विधि चंद ने गुरु हरगोबिंद साहब जी दे चरणां विच्चों मंगियां। गुरु का अंग, साध का संग, नाम का रंग, निश्चा अपंग। सतगुरु जे तुठे हो ते किरपा करनी, मेरा निश्चा गुरु घर दे प्रति कदे कमजोर ना होवे, कदे एक खंडत ना होवे, भंग भंग ना होवे। सतसंगियो शरदा दा थड़ा इन्ना को मजबूत होवे, एक माण करिए अपने गुरु दे उत्ते। सारे पीर पैगंबर औलीए अवतार महापुरश धर्म ग्रंथ आदक मुबारक ने, भले ने, चंगे ने, पर मेरे गुरु ग्रंथ साहब वर्गा दूजा कोई नहीं। इस माण दे नाल जीवन जीवना, निश्चा परपक होवे। गुरु पातशाह ने पहले जामे दे विच जदों भाई लहणा जी नूं गुरु अंगद थापिया ना, ते उन्हां दी परिवारक पिछोकड़ वल झात नहीं पाई, उन्हां दे वपार नूं नहीं तकिया। भाई लहणा जी दे निश्चय नूं वेख के गुरु अंगद थापिया, ते धन गुरु अंगद देव जी ने बाबे अमरदास जी दा निश्चा वेख्या। भावना दा थड़ा किन्ना मजबूत है। इसे तरह दसां पातशाहियां ने
ਭਾਵਨਾ ਦੇ ਥੜੇ ਨੂੰ ਵੇਖ ਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਕਲਗੀਧਰ ਪਾਤਸ਼ਾਹ ਨੇ ਵੀ ਖਾਲਸੇ ਦੀ ਭਾਵਨਾ ਨੂੰ ਵੇਖਿਆ ਨਾ ਅਤੇ ਇਹ ਬਚਨ ਕੀਤਾ ਸੀ ਪੰਥ ਖਾਲਸਾ ਖੇਤੀ ਮੇਰੀ ਕਰੋਂ ਸੰਭਾਲ ਮੈਂ ਤਿਸ ਕੇਰੀ ਉਸ ਥੜੇ ਨੂੰ ਕਦੇ ਕਮਜ਼ੋਰ ਨਾ ਪੈਣ ਦੇਈਏ। ਭਾਵਨਾ ਦਾ ਥੜਾ ਇੰਨਾ ਕੁ ਪਰਪੱਕ ਹੋਵੇ ਇੱਕ ਮਾਣ ਨਾਲ ਕਹਿ ਦੇਈਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜਿੱਥੇ ਜਾਏ ਬਈਏ ਪਲਾ ਕਈ